ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ ਲਗਾਤਾਰ ਪੰਜਾਬੀ ਸੱਭਿਆਚਾਰ ਦੇ ਵਿੱਚ ਹਥਿਆਰਾਂ ਦੀ ਗੱਲ ਹੋ ਰਹੀ ਹੈ ਲੋਕ ਵਿਆਹ ਸ਼ਾਦੀਆਂ ਤੋਂ ਲੈ ਕੇ ਧਾਰਮਿਕ ਸਥਾਨਾਂ ਤੱਕ ਹਥਿਆਰਾਂ ਦੀ ਵਰਤੋਂ ਕਰ ਰਹੇ ਨੇ ਹਵਾਈ ਫਾਇਰ ਲਗਾਤਾਰ ਸ਼ਰਿਆਮ ਕੀਤੇ ਜਾ ਰਹੇ ਨੇ ਗਲੀਆਂ ਮੁਹੱਲਿਆਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲਗਾਤਾਰ ਢੜਲੇ ਦੇ ਨਾਲ ਲੋਕ ਸ਼ਰਿਆਮ ਹਥਿਆਰ ਚੁੱਕ ਕੇ ਇੰਜ ਫਿਰ ਰਹੇ ਨੇ ਜਿਵੇਂ ਕੋਈ ਵੱਡੀ ਗੱਲ ਹੀ ਨਾ ਹੋਵੇ ਪਰ ਲਗਾਤਾਰ ਲੋਕਾਂ ਦੀ ਇੱਕ ਸਮਝ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਅਨਿਖੜਵੇਂ ਅੰਗ ਹੈਗੇ ਨੇ ਮਿਹਨਤ ਸਹਿਜਤਾ ਕਿਤਨਾ ਕਿਤੇ ਨਿਮਰਤਾ ਦੀ ਗੱਲ ਜਿਹੜੀ ਕੀਤੀ ਜਾਂਦੀ ਹੈ ਉਸ ਨੂੰ ਪਿੱਛੇ ਛੱਡ ਕੇ ਅੱਜ ਢੜਕਾਉ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਹਵਾਈ ਫਾਇਰ ਕੀਤੇ ਜਾ ਰਹੇ ਨੇ ਪਰ ਵੱਡਾ ਸਵਾਲ ਲਗਾਤਾਰ ਉੱਠਦਾ ਜਾ ਰਿਹਾ ਹੈ ਕਿ ਅੱਜ ਆਖਿਰ ਪੰਜਾਬੀ गन कल्चर ਵੱਲ ਕਿਉਂ ਵਧੇ ਜਾ ਰਹੇ ਨੇ ਇਹ ਹੀ ਸਵਾਲ ਅੱਜ ਲੋਕਾਂ ਤੋਂ ਕਰਾਂਗੇ ਜਾਣਾਂਗੇ ਕਿ ਪੰਜਾਬ ਦਾ ਸਭਿਆਚਾਰ ਹਥਿਆਰਾਂ ਦੇ ਨਾਲ ਕਿਵੇਂ ਜੁੜ ਰਿਹਾ ਸੌ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਤੇ ਜਾਣਦੇ ਆ ਕਿ ਪੰਜਾਬੀ ਸਭਿਆਚਾਰ ਹਥਿਆਰਾਂ ਦੇ ਨਾਲ ਕਿਵੇਂ ਜੁੜ ਰਿਹਾ ਕੁਝ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਲਗਾਤਾਰ ਪੰਜਾਬੀ ਸਭਿਆਚਾਰ ਦੇ ਵਿੱਚ ਹਥਿਆਰ ਕਿਵੇਂ ਜੁੜ ਰਹੇ ਨੇ ਲੋਕ ਬਿਨਾਂ ਰੋਕ ਟੋਕ ਤੋਂ ਹਥਿਆਰਾਂ ਦੀ ਵਰਤੋਂ ਕਿਉਂ ਕਰ ਰਹੇ ਨੇ ਤੇ ਇਸ ਦੇ ਪਿੱਛੇ ਕਾਰਨ ਕੀ ਮੰਨਦੇ ਕਿ ਸਰਕਾਰਾਂ ਇਸ ਦੇ ਪਿੱਛੇ ਜ਼ਿੰਮੇਵਾਰ ਹੈਗੀਆਂ ਨੇ ਜਾਂ ਸਾਡਾ ਸੱਭਿਆਚਾਰ ਹੈਗਾ ਉਹ ਪਲੀਤ ਹੁੰਦਾ ਜਾ ਰਿਹਾ ਹਾਲਕਿ ਪੰਜਾਬੀ ਜਿਹੜਾ ਸੱਭਿਆਚਾਰ ਮੰਨਿਆ ਜਾਂਦਾ ਸੀ ਬੜੇ ਹੀ ਨਿਮਰਤਾ ਸੁਭਾਅ ਦੇ ਨਾਲ ਖੁੱਲੇ ਖਾਨ ਪੀਣ ਦੇ ਮੰਨੇ ਜਾਂਦੇ ਸੀ ਅੱਜ ਪੰਜਾਬੀ ਹਥਿਆਰਾਂ ਦੇ ਵੱਲ ਕਿਉਂ ਜਾ ਰਹੇ ਨੇ ਗਨ ਕਲਚਰ ਸਾਡਾ ਹਿੱਸਾ ਕਿਉਂ ਬਣਦਾ ਜਾ ਰਿਹਾ ਹੈ ਕੀ ਨਾਮ ਹੈ ਤੁਹਾਡਾ ਲਵ ਸਿੰਘ अच्छा लाभ सिंह जी कारण की मानदियो कि आज वड्डी गिनती ਦੇ ਵਿੱਚ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਵਿਆਹ ਸ਼ਾਦੀਆਂ ਤੋਂ ਸ਼ੁਰੂ ਹੋ ਕੇ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਹਥਿਆਰ ਜਿਹੜੇ ਵਰਤੇ ਜਾ ਰਹੇ ਨੇ ਕਾਰਨ ਕੀ ਮੰਨਦੇ ਹੋ ਦੇਖੋ ਸਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਨਾ ਸੱਭਿਆ ਪ੍ਰੋਗਰਾਮ ਦਾ ਜੀ ਤੇ ਰਗਾਉਣੇ ਵਾਲੇ ਹੋਗੇ ਉਹਨੇ ਆਪਣੇ ਰੱਖੇ ਤਾਂ ਆਪਣੇ ਸੇਫਟੀ ਬਸਤੀ ਹੈ ਲੇਕਿਨ ਜਿਹੜੇ ਉਹਨਾਂ ਕੇ ਨਾਲ ਬੋਡੀਗਾਰਡ ਹੈ ਉਹ ਕਈ ਵਾਰੀ ਗੌਣੇ ਗੌਣਾ ਕੋਈ ਚੜ੍ਹਿਆ ਅੱਛਾ ਗੌਣਾ ਚੜ੍ਹਿਆ ਉਹਦੇ ਨਾਲ ਫੈਰ ਵੀ ਕਰਨ ਦਿੰਦੇ ਕੋਈ ਗੌਣੇ ਕੋਈ ਫੈਰਾਂ ਵਾਲੇ ਬਣੇ ਪਏ ਇਹ ਮਤਲਬ ਜਿਹੜਾ ਸਾਡਾ ਚੱਪ ਚੱਲ ਰਿਹਾ ਇਹ ਗਲਤ ਚੱਲ ਰਿਹਾ ਗੌਣੇ ਉਸੇ ਸਾਥ ਤੇ ਬਣ ਜੇ ਧਾਰਮਿਕ ਹੈ ਧਾਰਮਿਕੇ ਪਤਾ ਬਣ ਜਾਈਂਦੇ ਬਾਕੀ ਜੋ ਲਾਇਸੈਂਸ ਹੈ ਇਹ ਉਹ ਲਾਇਸੈਂਸ ਗਵਰਨਮੈਂਟ ਨੂੰ ਸਮਝ ਕੇ ਦੇਣੇ ਚਾਹੀਦੇ ਹੈ ਤਾਂ ਆਪਣੀ ਸੇਫਟੀ ਵਾਸਤੇ ਪਰ ਲੇਕਿਨ ਲੇਕਿਨ ਸੇਫਟੀ ਕੀ ਜ਼ਰੂਰਤ ਹੀ ਨਹੀਂ ਹੈ ਲੇਕਿਨ ਲੋਕਾਂ ਨੇ ਇੱਕ ਪਰਹਾਵਾ ਬਣਾ ਲਿਆ ਬੀਚਾਰ ਹਥਿਆਰ ਹੈ ਵੀ ਹਾਂ ਜੀ ਇਹ ਬੜਾ ਬੜਾ ਅਮੀਰ ਆਦਮੀ ਹੈ ਬਾਕੀ ਹੋਰ ਕੁਛ ਨਹੀਂ अच्छा ਤੁਸੀਂ ਕਹਿ ਰਹੇ ਹੋ ਕਿ ਜਿਹੜੇ ਹਥਿਆਰ ਹੈਗੇ ਨੇ ਉਹ ਅਮੀਰੀਤ ਦਾ ਦਿਖਾਵਾ ਜਾਂ ਫਿਰ ਜਿਹੜੀ ਫੌਕੀ ਟੋਰ ਦੇ ਲਈ ਵਰਤੇ ਜਾ ਰਹੇ ਨੇ اچھا ਦੂਜੀ ਗੱਲ ਇਹ ਹੈ ਕਿ ਨੌਜਵਾਨ ਪੀੜੀ ਵੀ ਲਗਾਤਾਰ ਹਥਿਆਰ ਟ੍ਰੈਂਡ ਦੇ ਨਾਲ ਜੁੜਦੀ ਜਾ ਰਹੀ ਹੈ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਮਾਪਿਆਂ ਦਾ ਜਿਹੜਾ ਨੌਜਵਾਨਾਂ ਦੇ ਪ੍ਰਤੀ ਕੋਈ ਰੋਕ ਟੋਕ ਨਹੀਂ ਹੈਗੀ ਜਾਂ ਫਿਰ ਖੁਦ ਮੁਖਤਿਆਰੀ ਹੈਗੀ ਜਿਹੜੀ ਨੌਜਵਾਨਾਂ ਦੀ ਹਥਿਆਰ ਚੱਕ ਰਹੀ ਨੇ ਜਿਹੜੇ ਕੋਈ ਨੌਜਵਾਨ ਵਿਚਾਰੇ ਬੇਲੇ ਕੰਮ ਕੋਈ ਹੈ ਨਹੀਂ ਕੋਈ ਡਿਗਰੀਆਂ ਕਰੇ ਫਿਰ ਰਹੇ ਸਾਰ ਕੋਈ ਆਪਣਾ ਇੰਜੀਨੀਅਰ ਕਰ ਰਿਹਾ 25-30 ਲੱਖ ਰੁਪਏ ਲੰਦਾ ਨੌਕਰੀ ਕਿੰਨੀ ਬੰਦੇ ਰਹੇ 10000 ਜੀ ਇਹ ਗਵਰਨਮੈਂਟ ਹੀ ਅੰਦਰ ਲੈ ਕੇ ਆ ਗਵਰਨਮੈਂਟ ਚਾਹੀਦਾ ਚਾਚੇ ਇਸ ਤਰ੍ਹਾਂ ਕਿ ਡਿਗਰੀ ਹੈ ਉਹਨੂੰ ਹੋ ਜਾ ਪੈਸੇ ਤਨਖਾਹ ਦੋ ਅੱਗੇ ਬਾਅਦ ਨੇ ਹੁਣ ਮੇਲੇ ਲੱਗ ਰਹੇ ਆ ਗਵਰਨਮੈਂਟ ਮੇਲੇ ਲਵਾ ਰਹੀ ਹੈ ਅਸੀਂ ਮੰਨਦੇ ਠੀਕ ਹੈ ਮੇਲੇ ਲੱਗ ਰਹੇ ਪਰ ਲੇਕਿਨ ਮੇਲੇ ਵਿੱਚ ਕੀ ਮਿਲਦਾ ਹੈ ਅੱਗੇ ਆਪਣੀ ਜਿਹੜੀਆਂ ਕੰਪਨੀਆਂ ਸੀ ਆਪਣੇ ਆਪ ਆਉਂਦੇ ਸੀ ਕੰਮ ਦੇ ਕੰਮ 20000 ਰੁਪਏ ਦੇ ਦਿੰਦੇ ਸੀ ਹੁਣ ਕਿਹਾ ਹੋਇਆ ਜੀ 10000 ਰੁਪਏ ਅੱਛਾ ਇਹ ਗਵਰਨਮੈਂਟ ਨੇ ਆਪਣਾ ਹਿਸਾਬ ਵਿੱਚ ਬਣਾ ਲਿਆ ਕਰ ਕਰ ਨੌਕਰੀ ਹੈ ਕਰ ਕਰ ਦੀ ਨ ਇਹ ਤਾਂ ਗੌਰਮੈਂਟ ਆਪਣੇ ਹਿਸਾਬ ਵਿੱਚ ਪਾ ਲਿਆ ਕਿਤੇ 20000 ਕਿਤੇ 10000 ਜਿਹਨੇ ਜਿਹਨੇ ਇੰਜੀਨੀਅਰ ਕਰੀ ਹੈ ਉਹ 10000 ਰੁਪਏ ਨੌਕਰੀ ਕਰੂਗਾ ਅੱਛਾ ਧਰਮ ਦੇ ਵਿੱਚ ਵੀ ਹਥਿਆਰਾਂ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਨਹੀਂ ਧਾਰਮਿਕ ਸਮਾਗਮਾਂ ਦੇ ਵਿੱਚ ਹਥਿਆਰ ਜਿਹੜੇ ਨੇ ਉਹ ਵਰਤੇ ਕਿ ਵਰਤੋਂ ਕੀਤੀ ਜਾ ਰਹੀ ਹੈ ਹਵਾਈ ਫਾਇਰ ਕੀਤੇ ਜਾ ਰਹੇ ਨੇ ਕਿਤੇ ਨਗਰ ਕੀਰਤਨ ਦੇ ਵਿੱਚ ਕੀਤੇ ਜਾਂਦੇ ਨੇ ਕਿਤੇ ਧਾਰਮਿਕ ਸਮਾਗਮ ਦੇ ਵਿੱਚ ਅਰਦਾਸ ਸਮਾਗਮਾਂ ਦੇ ਵਿੱਚ ਕੀਤੇ ਜਾ ਰਹੇ ਨੇ ਇਹਦੇ ਵਿੱਚ ਕੀ ਕਾਰਨ ਮੰਨਦੇ ਹੋ ਕਿ ਜਿਹੜੇ ਧਾਰਮਿਕ ਤੌਰ ਦੇ ਉੱਤੇ ਜਿਹੜੀ ਜਥੇਬੰਦੀਆਂ ਨੇ ਉਹ ਵੀ ਗੀਤਾਂ ਤੋਂ ਪ੍ਰਮੋਟ ਹੋ ਰਹੀਆਂ ਨੇ ਗੀਤਾਂ ਦੇ ਜਿਉਂ ਨੇ ਆਪਣੇ ਫੈਸ਼ਨੇਸਾ ਬਣਾ ਲਿਆ ਜਿੰਨੇ ਵੀ ਕੋਈ ਧਾਰਮਿਕ ਬਾਬੇ ਐ ਕੋਈ ਵੀ ਐ ਸਭ ਨੇ ਆਪਣੇ ਬੋਡੀਗਾਰਡ ਰੱਖੇ ਹੋਏ ਜੀ ਜਾ ਕੇ ਬੋਡੀਗਾਰਡ ਜਰੂਰਤ ਨਹੀਂ ਇੱਕ ਬਸ ਇਹ ਕਹਿੰਦੇ ਜੋ ਕਰਨਾ ਪਰਮਾਤਮਾ ਨੇ ਉਹੀ ਕਰਨਾ ਹੈ ਜਦ ਮਾਰ ਤੋਂ ਹੋਣੀ ਐ ਉਸ ਤਰ੍ਹਾਂ ਨਹੀਂ ਉਹ ਪਹਿਲੇ ਲਿਖਿਆ ਗਿਆ ਕਹਿੰਦੇ ਵੀ ਹੈ ਪਰ ਲੇਕਿਨ ਆਪ ਕੋਈ ਨਹੀਂ ਚਲਦਾ ਕਿਨਾ ਬਾਬਾ ਜੀ ਰਜਿੰਦਰ ਸਿੰਘ ਅੱਛਾ ਰਜਿੰਦਰ ਜੀ ਲਗਾਤਾਰ ਜਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਨਹੀਂ ਪੰਜਾਬੀ ਸੱਭਿਆਚਾਰ ਦੇ ਵਿੱਚ ਹੁਣ ਹਥਿਆਰ ਵੀ ਜੁੜਦੇ ਜਾ ਰਹੇ ਨੇ ਪਹਿਲਾਂ ਗੱਲ ਕੀਤੀ ਜਾਂਦੀ ਸੀ ਪਹਿਰਾਵੇ ਦੀ ਖਾਣ ਪੀਣ ਦੀ ਖੁੱਲੇ ਡੁੱਲੇ ਸੁਭਾਅ ਦੀ ਤੇ ਹੁਣ ਅੱਜ ਕੱਲ ਜਦੋਂ ਪੰਜਾਬ ਨੂੰ ਕੋਈ ਬਾਹਰਲੇ ਮੁਲਕ ਦਾ ਜਾਂ ਫਿਰ ਕੋਈ ਬਾਹਰਲੇ ਸੂਬੇ ਦਾ ਸੋਚਦਾ ਹੈ ਤਾਂ ਹਥਿਆਰ ਵੀ ਜਿਹੜੇ ਜਿਹੜੇ ਨੇ ਉਹ ਦੇਖਣ ਦੇ ਵਿੱਚ ਆ ਰਹੇ ਨੇ ਪਹਿਲਾਂ ਵਿਆਹ ਸਮਾਗਮਾਂ ਦੇ ਵਿੱਚ ਵਰਤ ਹੁੰਦੀ ਸੀ ਹੁਣ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਕਾਰਨ ਕੀ ਮੰਨਦੇ ਹੋ ਸਭ ਤੋਂ ਵੱਡਾ ਕਾਰਨ ਹੈ ਰਾਈਟਰ ਜਿਨ੍ਹਾਂ ਲਿਖਣਾ ਜੇ ਉਹ ਹੀ ਗਲਤ ਲਿਖਣਗੇ ਤਾਂ ਗਾਇਕ ਵੀ ਉਹੀ ਗਾਏਗਾ ਗਾयक ਨੇ ਜਨਤਾ ਦੀ ਚੁਆਇਸ ਦੇਖਣੀ ਪੈਸੀ ਪਿੱਛੇ ਰਾਈਟਰ ਨੇ ਇਹ ਗਲਤੀ ਹੈ ਵੀ ਉਹ ਗਲਤ ਲਿਖ ਰਿਹਾ ਜੋ ਰਾਈਟਰ ਲਿਖੂਗਾ ਉਹ ਅਗਲੇ ਨੇ ਗਾਣਾ ਰਾਈਟਰ ਡਿਪੈਂਡ ਕਰਦਾ ਰਾਈਟਰ ਤੇ ਸਾਰਾ ਕੁਝ ਬੱਚਿਆਂ ਨੂੰ ਵੀ ਸੁਝਾਉਣਾ ਬੜਿਆਂ ਨੂੰ ਵੀ ਸੁਝਾਉਣਾ ਗੀਤਾਂ ਦੇ ਰਾਹੀਂ ਵੀ ਸੁਝਾਉਣਾ ਬੋਲ ਚੱਲ ਰਾਹੀਂ ਵੀ ਸੁਝਾਉਣਾ ਸਭ ਤੋਂ ਵੱਡੀ ਗਲਤੀ ਹੈ ਰਾਈਟਰ ਦੀ ਉਹ ਹੀ ਹਥਿਆਰ ਦੂਸਤ ਦਿੰਦਾ ਉਹ ਹੀ ਨਹੀਂ ਚੱਲੇਗਾ ਅੱਜ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨੇ ਜਾਂ ਫਿਰ ਪੰਜਾਬੀ ਸੱਭਿਆਚਾਰ ਦਾ ਤੁਸੀਂ ਗਾਇਕਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਜਾਂ ਰਾਈਟਰਾਂ ਨੂੰ ਜਿਨ੍ਹਾਂ ਰਾਈਟਰਾਂ ਦੀ ਸੋਚ ਏ ਉਹ ਸੋਚੇ ਗੀਤ ਕਰਨੇ ਬਦਲਣੇ ਗੀਤ ਨੇ ਆਪਣੇ ਲਫ਼ਜ਼ਾਂ ਵਿੱਚ ਕਹਿਣਾ ਉਹ ਸਪਸ਼ਟ ਕਹਿ ਰਿਹਾ ਰਾਈਟਰ ਗਲਤੀ ਹੋਦੀ ਹੈ ਚਲੋ ਠੀਕ ਹੈ ਇੱਕ ਪੱਖ ਹੈਗਾ ਕਿ ਤੁਸੀਂ ਜ਼ਿੰਮੇਵਾਰ ਠਹਿਰਾ ਰਹੇ ਹੋ ਕਿ ਰਾਈਟਰ ਹੈਗੇ ਨੇ ਪਰ ਦੂਜਾ ਦੂਜਾ ਸਵਾਲ ਇਹ ਹੈਗਾ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਹਵਾਈ ਫਾਇਰ ਕੀਤੇ ਜਾਂਦੇ ਨੇ ਉੱਥੇ ਕੌਣ ਜ਼ਿੰਮੇਵਾਰ ਹੈ ਕਿ ਜਿਹੜੇ ਬਾਣੇ ਵਾਲੇ ਸਿੰਘ ਹੁੰਦੇ ਨੇ ਉਹ ਵੀ ਗੀਤ ਸੁਣਦੇ ਨੇ ਹਾਂ ਉਹ ਵੀ ਸੁਣਦੇ ਮਤਲਬ ਜਿਹੜੇ ਸਿੰਘ ਹੈਗੇ ਨੇ ਜਾਂ ਫਿਰ ਜਿਹੜੇ ਧਾਰਮਿਕ ਆਗੂ ਹੈਗੇ ਨੇ ਉਹਨਾਂ ਦੇ ਵਿੱਚ ਉਹ ਵੀ ਜਿਹੜੇ ਹਥਿਆਰਾਂ ਦੀ ਨਜਾਇਜ਼ ਤੌਰ ਦੇ ਉੱਤੇ ਵਰਤੋਂ ਕਰ ਰਹੇ ਨੇ ਜ਼ਿੰਮੇਵਾਰ ਕੌਣ ਹੈ ਉਸ ਦੇ ਲਈ ਉਦੈ ਲਈ ਤਾਂ ਮੈਂ ਤਾਂ ਕਹਿੰਦਾ ਵੀ ਰਾਈਟਰ ਹੀ ਹੈ ਜੀ ਇਧਰ ਨੂੰ ਜਿਆਦਾ ਸਰ ਪਾਸੇ ਲਿਖਣੇ ਵਾਲਾ ਜੋ ਹੈ ਉਸ ਦੀ ਇਹ ਗਲਤੀ ਹੈ ਉਹੀ ਗਲਤ ਲਿਖੇਗਾ ਉਹੀ ਸਹੀ ਲਿਖੇਗਾ ਜੋ ਪੁਰਾਣੇ ਸਮੇਂ ਦੇ ਡਾਈਟਰ ਨੇ ਉਹਨੇ ਸਹੀ ਲਿਖਿਆ ਉਹਨੇ ਸੋਚ ਸਹੀ ਸੀ ਤਾਂ ਹੀ ਬੱਚੇ ਉਸੇ ਸੋਚ 'ਤੇ ਚੱਲਦੇ ਸੀ ਹੁਣ ਜਿਹੜੇ ਰਾਈਟਰਾਂ ਦੀ ਸੋਚ ਹੈ ਜੋ ਉਹਨਾਂ ਨੇ ਲਿਖਣਾ ਅਗਲੇ ਨੇ ਤਾਂ ਉਹ ਪੜਨਾ ਪੜੇ ਲਿਖੇ ਨੇ ਤਾਂ ਉਹੀ ਪੜਨਾ ਜੋ ਲਿਖਿਆ ਹੋਇਆ ਸਰਕਾਰ ਦੀ ਕੀ ਭੂਮਿਕਾ ਇਹਦੇ ਵਿੱਚ ਸਰਕਾਰ ਦੀ ਕੋਈ ਗਲਤੀ ਨਹੀਂ ਹੈਗੀ ਵਿੱਚ ਮੈਂ ਤਾਂ ਕਹਿੰਦਾ ਸਿਰਫ ਰਾਈਟਰਾਂ ਦੀ ਗਲਤੀ ਹੈ ਇਹ ਲਿਖਦੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਅਸੀਂ ਗਾਲ ਜੀ ਸਤ ਸ੍ਰੀ ਅਕਾਲ ਕੀ ਨਾਮ ਹੈ ਸ਼ੇਰ ਸਿੰਘ ਹੈ ਅੱਛਾ ਸ਼ੇਰ ਸਿੰਘ ਜੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪੰਜਾਬੀ ਸੱਭਿਆਚਾਰ ਦਾ ਹੁਣ ਹਿੱਸਾ ਬਣਦੇ ਜਾ ਰਹੇ ਨੇ ਹਥਿਆਰ ਚਾਹੇ ਨੌਜਵਾਨ ਹੋਣ ਚਾਹੇ ਕਿਸੇ ਵੀ ਉਮਰ ਦੇ ਵਰਗ ਦਾ ਹੋਵੇ ਹਰ ਕੋਈ ਹਥਿਆਰ ਰੱਖਣ ਨੂੰ ਆਪਣੀ ਫੋਕੀ ਟੌਰ ਮੰਨਦਾ ਹਾਲਾਂਕਿ ਉਹ ਤਾਂ ਟੌਰ ਮੰਨਦਾ ਪਰ ਦੇਖਣ ਵਾਲੇ ਉਸ ਨੂੰ ਫੋਕੀ ਟੌਰ ਮੰਨਦੇ ਨੇ ਕਾਰਨ ਕੀ ਮੰਨਦੇ ਹੋ ਕਿ ਹਥਿਆਰ ਸਾਡੇ ਕਲਚਰ ਦਾ ਹਿੱਸਾ ਕਿਉਂ ਬਣ ਰਹੇ ਨੇ ਇਹਦਾ ਸਾਰੇ ਗਲਤ ਕੰਮ ਹੋ ਰਿਹਾ ਜੀ ਕੋਈ ਕੋਈ ਕਲਚਰ ਚ ਆਉਂਦਾ ਨਹੀਂ ਹੈ ਬਈ ਜਿਹੜੇ ਹੋ ਰਹੇ ਹੈ ਕੱਲ ਤੋਂ ਹੋ ਰਹੇ ਸਾਰੇ ਅੱਛਾ ਕਾਰਨ ਕੀ ਮੰਨਦੇ ਹੋ ਕਿ ਜਿੱਥੇ ਗੀਤਾਂ ਦੇ ਵਿੱਚ ਹਥਿਆਰਾਂ ਦੀ ਗੱਲ ਹੁੰਦੀ ਹੈ ਪੰਜਾਬੀ ਗਾਇਕ ਕੁਝ ਅਜਿਹੇ ਗਾਇਕ ਨੇ ਜੋ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਆਪਣੇ ਆਪ ਨੂੰ ਫੇਮਸ ਕਰਨ ਦੀ ਕੋਸ਼ਿਸ਼ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਹਥਿਆਰ ਦੀ ਜਿਹੜੀ ਗੱਲ ਕਰਦੇ ਨੇ ਤੇ ਕੁਝ ਅਜਿਹੇ ਕਲਾਕਾਰ ਵੀ ਨੇ ਜੋ ਚੰਗੇ ਗੀਤ ਵੀ ਗਾਉਂਦੇ ਨੇ ਪਰ ਕਾਰਨ ਕੀ ਮੰਨਦੇ ਹੋ ਕਿ ਹਥਿਆਰ ਕਲਾਕਾਰਾਂ ਦੇ ਨਾਲ ਜੁੜਦੇ ਕਿਉਂ ਜਾ ਰਹੇ ਨੇ ਇਹ ਹਥਿਆਰ ਤਾਂ ਜੀ ਵੈਸੇ ਜਿਹੜੇ ਫੁਕਰੇ ਆ ਹੋਏ ਦੇ ਬੰਦੇ ਆ ਉਹ ਚਲਾਉਂਦੇ ਆ दारू ਆ ਪੀ ਕੇ ਆਪਣੇ ਕਲਚਰ ਨੂੰ ਖਰਾਬ ਆਪਣੇ ਆਪੇ ਕਰ ਰਹੇ ਆ ਇਹ ਇਹ ਦੁਰਭਤਾਂ ਹੋ ਰਹੀ ਹੈ ਜੇ ਕਿਸ ਕਾਲ ਦੀ ਕੋਈ ਅੱਛਾ ਗੱਲ ਨਹੀਂ ਹੈ ਕੀ ਮੰਨਦੇ ਹੋ ਕਿ ਸਰਕਾਰ ਨੂੰ ਲਾਇਸੈਂਸ ਦੇਣ ਤੋਂ ਪਹਿਲਾਂ ਕਿਸੇ ਪ੍ਰਕਾਰ ਦੇ ਨਾਲ ਪੜਤਾਲ ਕਰਨੀ ਚਾਹੀਦੀ ਜਾਂ ਫਿਰ ਇਸ ਦੀ ਕਟੌਤੀ ਕਰਨੀ ਚਾਹੀਦੀ ਹੈ ਲਾਇਸੈਂਸ ਦੇ ਵਿੱਚ ਇਹ ਜਿਸ ਕਟੌਤੀ ਹੈ ਜੀ ਇਹਨਾਂ ਨੂੰ ਸਰਕਾਰ ਨੂੰ ਕੰਟਰੋਲ ਕਰਨਾ ਜਿਦਾਂ ਇਹ ਨਾ ਚਿਚਾਂ ਦੇ ਜਿਹੜੇ ਨਜਾਇਜ਼ ਕੰਮ ਹੋ ਰਹੇ ਆ ਇਹ ਆਪਣਾ ਚਲਾ ਰਹੇ ਆ ਹੋਰ ਕੰਮ ਕਰ ਰਹੇ ਆ ਨਾ ਕਲਚਰਾਂ ਦੇ ਕਲਚਰੇ ਖਰਾਬ ਕਰ ਰਹੇ ਆ ਆਪਣਾ ਆਪੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਸਰ ਅੱਛਾ ਧਾਰਮਿਕ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਤੇ ਕੀ ਕਹਿੰਦੇ ਹੋ ਨਹੀਂ ਹੋਣੇ ਚਾਹੀਦੇ ਧਾਰਮਿਕ ਸਥਾਨਾਂ ਤੇ ਵੀ ਨਹੀਂ ਹੋਣੇ ਚਾਹੀਦੇ ਹਥਿਆਰ ਇਹ ਗਲਤ ਹੈ ਜਿਹੜੇ ਹਥਿਆਰ ਕਰ ਰਹੇ ਗੋਲੀਆਂ ਚਲਾਉਂਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੀ ਅੱਛੀ ਗੱਲ ਜੀ ਅੱਛੀ ਗੱਲ ਕੀ ਨਾਮ ਹੈ ਬਚਨ ਸਿੰਘ ਅੱਛਾ ਕਾਰਨ ਕੀ ਮੰਨਦੇ ਹੋ ਕਿ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਨਾ ਤਾਂ ਸਰਕਾਰਾਂ ਇਸ ਦੇ ਪ੍ਰਤੀ ਕੋਈ ਸੰਜੀਦ ਸੰਜੀਦਗੀ ਦੇ ਨਾਲ ਕਦਮ ਚੁੱਕ ਰਹੀ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੇ ਨਾਲ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਕੋਈ ਕਦਮ ਚੁੱਕੇ ਜਾ ਰਹੇ ਨੇ ਵਿਆਹ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਹੈ ਧਾਰਮਿਕ ਸਮਾਗਮਾਂ ਦੇ ਵਿੱਚ ਹੈਗੀ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਸ਼ਰੇਆਮ ਜਿਹੜੇ ਨੇ ਮੰਦਿਰ ਹਥਿਆਰ ਚੱਕੀ ਫਿਰਦੀ ਹੈ ਕਾਰਨ ਕੀ ਮੰਨਦੇ ਹੋ ਇਹਦੇ ਵਿੱਚ ਦੇਖੋ ਪਹਿਰੇ 깔ਤਾ ਹੈ ਇਹ ਇਹ ਸਾਰੇ ਜਿਹੜੇ ਹਥਿਆਰ ਚਲਾਉਂਦੇ ਆ ਇਹ ਰੋਕ ਇਹਦੀ ਬਹੁਤ ਬੜੀ ਪਰੇ ਘਰਦੀ ਹੈ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਧਾਰਮਿਕ ਸਥਾਨਾਂ ਤੇ ਜਿਹੜੇ ਆਗੂ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਬੇਕੰਮ ਨਾ ਹੋਏ ਵਿਆਸ਼ਾਦਿਆਂ ਵਿੱਚ ਜਿਹੜਾ ਮਾਲਕ ਹੈ ਉਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਇਹ ਸਾਰੇ ਕੰਮ ਜਿਹੜੇ ਹੈ ਇਹ ਇੱਕ ਅੱਛੇ ਨਹੀਂ ਹੈ ਨੁਕਸਾਨ ਹੈ ਸਾਰਿਆਂ ਦਾ ਇਸ ਕਰਕੇ ਗਵਰਨਮੈਂਟ ਨੂੰ ਕੰਟਰੋਲ ਕਰਨਾ ਚਾਹੀਦਾ ਇਸਕੇ ਜਿਹੜੇ ਜਥੇਦਾਰ ਹੈ ਉਹਨਾਂ ਨੇ ਵੀ ਕੰਟਰੋਲ ਕਰਨਾ ਚਾਹੀਦਾ ਇਹ ਚੀਜ਼ ਅੱਛਾ ਕਾਰਨ ਕੀ ਮੰਨਦੇ ਹੋ ਕਿ ਕਿਉਂ ਸਾਡਾ ਹਿੱਸਾ ਕਿਉਂ ਬਣਦੇ ਜਾ ਰਹੇ ਨੇ ਹਾਲਾਂਕਿ ਜਦੋਂ ਪੰਜਾਬ ਦੀ ਗੱਲ ਚ ਚੱਲਦੀ ਸੀਗੀ ਮਿਹਨਤ ਦਾ ਸ਼ਲੋਕ ਹੁੰਦੇ ਸੀ ਖੇਤੀਬਾੜੀ ਕਰਦੇ ਸਨ ਕਿਤਨਾ ਕਿਤੇ ਗੁਰੂ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਨਾਲ ਵੀ ਜੁੜੇ ਜਾਂਦੇ ਨੇ ਪਰ ਅੱਜ ਜਦੋਂ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਸਮੇ ਸੈਇਸ਼ਤਾ ਦੀ ਬਿਧਾਏ ਲਗਾਤਾਰ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਕਾਰਨ ਕੀ ਮੰਨਦੇ ਹੋ ਅਸੀਂ ਆਪਣੇ ਜਿਹੜੇ ਨੇ ਸੰਦੇਸ਼ਾਂ ਤੋਂ ਵੀ ਭਟਕਦੇ ਜਾ ਰਹੇ ਹਾਂ ਇਹ ਤਾਂ ਹੀ ਉਹਨਾਂ ਦੇ ਗੁਰੂ ਕੇ ਸਾਹਿਬ ਜੀ ਜਿਹੜੇ ਹੁਕਮ ਹੈ ਜਾਂ ਜੋ ਕੁਝ ਵੀ ਕਹਿ ਰਹੇ ਹਨ ਉਹਨਾਂ ਨੇ ਸਿੱਖਿਆ ਸਾਨੂੰ ਦਿੱਤੀ ਹੈ ਉਸ ਤੇ ਉੱਠ ਚੱਲਿਆ ਹੈ ਕੰਮ ਸਾਰਾ ਜੀ ਤੇ ਠੀਕ ਨਹੀਂ ਹੈ ਜੋ ਕੁਝ ਵੀ ਹੋ ਰਿਹਾ ਇਹ ਠੀਕ ਨਹੀਂ ਹੈ ਸਰ ਅੱਛਾ ਰੁਕੇਗਾ ਰੁਕੇਗਾ ਕਿਵੇਂ ਰੁਕੇਗਾ ਇਹ ਜਿਹੜੇ ਹੁਣ ਸਾਡੇ ਆਗੂ ਹੈ ਉਹਨਾਂ ਨੂੰ ਵੀ ਚਾਹੀਦਾ ਹੈ ਜਿਵੇਂ ਬਾਰੇ ਇਹ ਨਹੀਂ ਚਾਹੀਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਜਾਂ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਹਥਿਆਰਾਂ ਦੀ ਵਰਤੋਂ ਪੰਜਾਬੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਇਹ ਫੋਕੀ ਟੋਰ ਹੈ ਤੇ ਇਸ ਨੂੰ ਰੋਕਣ ਦੇ ਲਈ ਜਿੱਥੇ ਸਰਕਾਰਾਂ ਨੂੰ ਕਦਮ ਚੁੱਕਣ ਦੀ ਲੋੜ ਹੈ ਤੇ ਧਾਰਮਿਕ ਸਮਾਗਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ ਉਸ ਨੂੰ ਰੋਕਣ ਦੇ ਲਈ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਧਾਰਮਿਕ ਆਗੂ ਹੈਗੇ ਨੇ ਉਹਨਾਂ ਨੂੰ ਵੀ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਨਾਜਾਇਜ਼ ਤੌਰ ਦੇ ਉੱਤੇ ਕੀਤੀ ਜਾ ਰਹੀ ਇਸ ਵਰਤੋਂ ਨੂੰ ਰੋਕਿਆ ਜਾ ਸਕੇ ਸੋ ਗੱਲਬਾਤ ਦਾ ਸਿਲਸਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਪਰith rukde ek chote je break de le ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰਦੇ ਆ ਕਿ ਆਖਿਰ ਕਿਉਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਹੈਗੇ ਨੇ ਉਹ ਹਥਿਆਰਾਂ ਦੀ ਵਰਤੋਂ ਕਰ ਰਹੇ ਨੇ ਹਾਲਾਂਕਿ ਸਰਕਾਰਾਂ ਦੇ ਵੱਖ-ਵੱਖ ਸਮੇਂ ਦੇ ਉੱਤੇ ਦਾਅਵੇ ਰਹਿੰਦੇ ਨੇ ਕਿ ਹਥਿਆਰਾਂ ਨੂੰ ਰੋਕਣ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਪਰ باوجود ਇਸ ਦੇ ਇੱਥੇ ਧਾਰਮਿਕ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਵਿਆਹ ਸ਼ਾਦੀਆਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਹੀ ਗਲੀ ਗੁਆਂਢ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਲੋਕ ਨਜਾਇਜ਼ ਤੌਰ ਦੇ ਉੱਤੇ ਹਥਿਆਰ ਇਸ ਤਰ੍ਹਾਂ ਚੱਕੀ ਫਿਰਦੇ ਨੇ ਜਿਵੇਂ ਕੋਈ ਵੱਡੀ ਗੱਲ ਹੀ ਨਹੀਂ ਹੁੰਦੀ ਹੈਗੀ ਕਿ ਹਥਿਆਰ ਸਾਡੇ ਸੱਭਿਆਚਾਰ ਦਾ ਹਿੱਸਾ ਹੈਗੇ ਨੇ ਕਿ ਹਥਿਆਰਾਂ ਦੇ ਨਾਲ ਅਸੀਂ ਆਪਣੀ ਜਿਹੜੀ ਟੌਰ ਹੈ ਇਸ ਨੂੰ ਵਧਾ ਰਹੇ ਆ ਜਾਂ ਫਿਰ ਇਹ ਕਹਿ ਲੀਏ ਕਿ ਫੌਕੀ ਟੌਰ ਦੇ ਕਾਰਨ ਜਿਹੜੇ ਨੇ ਉਹ ਹਥਿਆਰ ਲਗਾਤਾਰ ਗਿਣਤੀ ਦੇ ਵਿੱਚ ਵਧਦੇ ਨੇ ਨੌਜਵਾਨ ਵੀ ਮੌਜੂਦ ਹੈਗੇ ਨੇ ਕੁਝ ਹੋਰ ਪਿੰਡ ਦੇ ਲੋਕ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕੀ ਕਾਰਨ ਹੈਗੇ ਨੇ ਕਿ ਅਸੀਂ ਹਥਿਆਰ ਜ਼ਿਆਦਾ ਮਾਤਰਾ ਦੇ ਵਿੱਚ ਚੁੱਕ ਰਹੇ ਆ ਕੀ ਨਾਮ ਹੈ ਤੁਹਾਡਾ ਦਲਜੀਤ ਹੈ ਜੀ ਮੇਰਾ ਨਾਮ ਅੱਛਾ ਦਲਜੀਤ ਕੀ ਕਾਰਨ ਮੰਨਦੇ ਹੋ ਕਿ ਹਥਿਆਰਾਂ ਦੀ ਗਿਣਤੀ ਜਾਂ ਫਿਰ ਇਹ ਕਹਿ ਲੀਏ ਕਿ ਪੰਜਾਬੀ ਨੇ ਜਿਹੜੇ ਉਹ ਹਥਿਆਰਾਂ ਦੇ ਵੱਲ ਵਧ ਰਹੇ ਨੇ ਪੰਜਾਬ ਦੇ ਵਿੱਚ ਗਨ ਕਲਚਰ ਜਿਹੜਾ ਲਗਾਤਾਰ ਪ੍ਰਮੋਟ ਹੋ ਰਿਹਾ ਹੈ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਦੇਖੋ ਜੀ ਪੈਲਦਾ ਹੈਗੀ ਬੇਰੋਜ਼ਗਾਰੀ ਜਿਹੜੀ ਮੇਨ ਹੈ ਜੀ ਕਿਸੇ ਨੌਕਰੀ ਨਹੀਂ ਮਿਲਦੀ ਹੈਗੀ ਉਹ ਫਿਰ ਬੰਦਾ ਕਿਆ ਕਰਦਾ ਜੀ ਜਾਦਾ ਫਿਰ ਜਿਹੜੇ ਆਪਣੇ ਲੀਡਰ ਹੈਂ ਜੀ ਉਹਨਾਂ ਕੋਲ ਜਾਂਦੇ ਆ ਕਿਉਂਕਿ ਉਹਨਾਂ ਕੋਲ ਜਿਆਦਾ ਹੋਇਆ ਜੀ ਪੈਸਾ ਵੀ ਹੈ ਸਾਰਾ ਕੁਝ ਹੈ ਜੀ ਤੇ ਉਹਨਾਂ ਕੋਲ ਜਾ ਕੇ ਉਹ ਹੱਥ ਮਲਾਉਂਦੇ ਕੋਈ ਨਾ ਆਪਾਂ ਤੁਹਾਨੂੰ ਵੋਟਾਂ ਪਾਵਾਂਗੇ ਇਹ ਕਰੂਗੇ ਵੋਟਾਂ ਦੇ ਚੱਕਰਾਂ 'ਚ ਫਿਰ ਉਹ ਆਪਣੇ ਜੋ ਵੀ ਹੈ ਵੀ ਤੁਸੀਂ ਜੋ ਕਰਨਾ ਹੈ ਕਰੋ ਵੀ ਜਿਹੜੀ ਸਾਡੀ ਵੋਟਾਂ ਪੈਂਦੀਆਂ ਨੇ ਤੁਸੀਂ ਲੀਡ ਕਰੋ ਇਹਨਾਂ ਨੂੰ ਬੰਦੇ ਆਪਣੇ ਕੰਨੀ ਘੜੀਸੋ ਜੀ ਉਹਨੂੰ ਹਥਿਆਰ ਵੀ ਦਿੰਦੇ ਆ ਜੀ ਠੀਕ ਹੈ ਜੀ ਤੇ ਦੂਜੀ ਗੱਲ ਆ ਜਿਹੜੇ ਲਾਇਸੈਂਸੀ ਦੇ ਹਥਿਆਰ ਹੈ ਜੀ ਉਹ ਤਾਂ ਚਲੋ ਲਾਇਸੈਂਸ ਦੇ ਥਰੂ ਬਣਦੇ ਆ ਜੀ ਜਿਹੜੇ ਬਾਕੀ ਯੂਪੀ ਤੋਂ ਆ ਰਹੇ ਆ ਜੀ ਉਹ ਤਾਂ ਹੁਣ ਜਣਾ ਖਾਣਾ ਚੱਕੀ ਫਿਰਦਾ ਜੀ ਠੀਕ ਹੈ ਨਾ ਜੀ ਤੇ ਬਾਕੀ ਰਹੀ ਗੱਲ ਆ ਜਿਹੜੀ ਹੁਣ ਵਿਆਹਾਂ 'ਚ ਚੱਲਦਿਆ ਰਹਾ ਗਲਤ ਹੈ ਜੀ ਕੋਈ ਚੱਕ ਮੰਜੇ ਪਾ ਵੀ ਫੋਕੀਓ ਟੋਰ ਸਮਝ ਲਓ ਜੀ ਇੱਕ ਤਰ੍ਹਾਂ ਵੀ ਹਾਂ ਫੋਕੀ ਹੈ ਜੀ ਆ ਤਾਂ ਵੀ ਮੈਂ ਟੋਰ ਬਣਾਈ ਆ ਮੇਰਾ ਵੀ ਲਾਇਸੈਂਸੀ ਹੈ ਜਿਹੜੀ ਮਰਜੀ ਹੈ ਜੀ ਹਾਂ ਜੀ ਅੱਛਾ ਦੂਜੀ ਗੱਲ ਇਹ ਤੁਸੀਂ ਵਿਆਹਾਂ ਦੀ ਗੱਲ ਕੀਤੀ ਹੈ ਵਿਆਹਾਂ ਸ਼ਾਦੀਆਂ ਦੇ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ ਢੱਲੇ ਦੇ ਨਾਲ ਫਾਇਰ ਕੱਢੇ ਜਾਂਦੇ ਨੇ ਤੇ ਬਹੁਤ ਸਾਰੇ ਜਿਹੜੇ ਕਤਲ ਵੀ ਇਸ ਮਾਮਲਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਦੂਜੀ ਗੱਲ ਇਹ ਹੈ ਕਿ ਅਸੀਂ ਵਿਆਹਾਂ ਸਮਾਗਮਾਂ ਤੋਂ ਜਾਂ ਸਰਕਾਰ ਦੀਆਂ ਸ਼ਕਤੀਆਂ ਤੋਂ ਜਾਂ ਹੋ ਰਹੇ ਕਤਲਾਂ ਤੋਂ ਸਿੱਖਿਆ ਕੁਝ ਨਹੀਂ ਹੁਣ ਜਿਹੜੇ ਹਥਿਆਰ ਹੈਗੇ ਨੇ ਧਾਰਮਿਕ ਸਮਾਗਮਾਂ ਦੇ ਵਿੱਚ ਅਰਦਾਸਾਂ ਦੇ ਵਿੱਚ ਨਗਰ ਕੀਰਤਨਾ ਦੇ ਵਿੱਚ ਜਿਹੜੇ ਪਹੁੰਚ ਚੁੱਕੇ ਨੇ ਲਗਾਤਾਰ ਨਜਾਇਜ਼ ਤੌਰ ਦੇ ਉੱਤੇ ਫਾਇਰ ਕੀਤੇ ਜਾ ਰਹੇ ਨੇ ਕਾਰਨ ਕੀ ਮੰਨਦੇ ਹੋ ਕਿ ਵਿਆਹਾਂ ਤੋਂ ਬਾਅਦ ਹੁਣ ਧਰਮ ਦੇ ਵਿੱਚ ਵੀ ਹਥਿਆਰ ਵੜਦੇ ਜਾ ਰਹੇ ਨੇ ਰੁਕ ਹੀ ਨਹੀਂ ਰਹੇ ਇਹ ਕੋਈ ਗੱਲ ਐਦਾ ਜੀ ਆਪਾਂ ਰ ਕੁਝ ਕਹਿ ਨਹੀਂ ਸਕਦੇ ਇਹ ਗੱਲ ਨੂੰ ਆਪਾਂ ਕਹੋਗੇ ਤਾਂ ਸਾਨੂੰ ਕੋਈ ਜਾਣ ਕੇ ਪੁੱਛੂਗਾ ਹਾਂ ਵੀ ਤੂੰ ਕੀ ਦਈਆ ਹੁਣ ਤੁਸੀਂ ਆ ਸਾਨੂੰ ਜੇ ਲਾਈਵ ਦਿਖਾਉਂਗੇ ਕਿਸੇ ਨੂੰ ਖਾਉਂਗੇ ਉਹ ਪੁੱਛੂਗਾ ਵੀ ਹਾਂ ਫਲਾਣੇ ਪਿੰਡ ਦੇ ਕਿਦੇ ਉਹ ਬੰਦੇ ਨੇ ਉਹ ਕਰਿਆ ਜੀ ਠੀਕ ਆ ਜੀ ਮੇਨ ਗੱਲ ਆ ਜੀ ਹੁਣ ਜੇ ਧਾਰਮਿਕ ਸੰਸਾਧ ਦੀ ਆ ਚੀਜ਼ਾਂ ਹੋਣ ਲੱਗੀਆਂ ਜਾਂ ਕੁਝ ਹੋ ਗਿਆ ਕੱਲੂ ਵਾਰਦਾਤ ਹੋ ਗਿਆ ਕੁਝ ਵੀ ਹੋ ਗਈ ਉਮਾਰਾ ਪੁਲਿਸ ਵਾਲੇ ਸਿੱਧੇ ਹੱਥ ਖੜੇ ਕਰਨੇ ਜੀ ਵੀ ਸਾਨੂੰ ਨਹੀਂ ਕੁਝ ਵੀ ਪਤਾ ਜੀ ਅਛਾ ਕారణ ਕੀ ਮੰਨਦੇ ਹੋ ਕਿ ਰੋਕੇ ਕਿਉਂ ਨਹੀਂ ਜਾ ਰਹੇ ਜਾਂ ਫਿਰ ਇਹ ਕਹ ਲਈ ਜਦੋਂ ਸੀ ਤੁਸੀਂ ਯੂਥ ਹੈਗੇ ਆ ਜਦੋਂ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਸਾਨੂੰ ਸਹਿਜਤਾ ਦੀ ਗੱਲ ਸਿਖਾਈ ਜਾਂਦੀ ਹੈ ਸਭਿਆਚਾਰ ਦੀ ਗੱਲ ਸਿਖਾਈ ਜਾਂਦੀ ਹੈ ਜਦੋਂ ਪੰਜਾਬੀ ਸਭਿਆਚਾਰ ਦੀ ਗੱਲ ਆਉਂਦੀ ਹੈ ਤਾਂ ਨਿਮਰਤਾ ਦੀ ਗੱਲ ਆਉਂਦੀ ਹੈ ਮਿਹਨਤ ਕਸ਼ਟ ਲੋਕ ਆਉਂਦੇ ਨੇ ਖੇਤਾਂ ਦੇ ਵਿੱਚ ਕੰਮ ਕਰਦਾ ਕਿਸਾਨ ਆਉਂਦਾ ਹੈ ਤੇ ਅੱਜ ਕੱਲ ਜਦੋਂ ਬਾਹਰਲੇ ਸੂਬੇ ਦੇ ਲੋਕ ਪੰਜਾਬ ਨੂੰ ਸੋਚਦੇ ਨੇ ਪੰਜਾਬੀ ਨੂੰ ਸੋਚਦੇ ਨੇ ਤਾਂ ਹੱਥਾਂ ਦੇ ਵਿੱਚ ਜਦੋਂ ਗੰਨਾ ਵਾਲੀਆਂ ਤਸਵੀਰਾਂ ਉਹਨਾਂ ਦੇ ਵਿੱਚ ਜ਼ਹਿਨ ਦੇ ਵਿੱਚ ਆਉਂਦੀਆਂ ਨੇ ਤਾਂ ਫਿਰ ਕਾਰਨ ਕੀ ਮੰਨਦੇ ਹੋ ਕਿ ਪੰਜਾਬੀ ਆਪਣੇ ਕਲਚਰ ਤੋਂ ਜਾਂ ਫਿਰ ਸੱਭਿਆਚਾਰ ਤੋਂ ਉਲਟ ਕਿਵੇਂ ਹੋ ਰਹੇ ਨੇ ਉਲਟਤਾਈ ਹੁਣ ਤੁਸੀਂ ਆ ਹੀ ਲਾ ਲਓ ਜੀ ਹੁਣ ਸਾਰੇ ਜਿਹੜੇ ਗਾਣੇ ਆ ਰਹੇ ਆਂ ਜੀ ਠੀਕ ਹੈ ਹਰੇਕ ਮਾ ਕੋਈ ਕਹਿੰਦਾ ਗਨ ਫਾਇਰ ਸਾਰੇ ਗਾਣੇ ਸੁਣਦੇ ਆਂ ਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਹੋ ਗਈ ਗਾਇਕਾਂ ਤੋਂ ਪ੍ਰਭਾਵਿਤ ਹੋ ਰਹੇ ਗਾਇਕਾਂ ਤੋਂ ਵੀ ਹੋ ਰਹੇ ਆਂ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਕਿ ਚਲ ਧਾਰਮਿਕ ਸੰਗਤਾਂ ਦੇ ਹੋ ਰਹੇ ਆਂ ਜੀ ਦੇਖੋ ਜਿਨ੍ਹਾਂ ਕੋਲ ਹੈਗੀ ਐ ਧਾਰਮਿਕ ਸੰਗਤਾਂ ਦੇ ਆਂਦੇ ਆਂ ਬੜੇ ਬੜੇ ਗ੍ਰੰਥੀ ਆਂਦੇ ਆਂ ਕਿ ਇਹਨਾਂ ਨੂੰ ਪ੍ਰੋਵਾਈਡ ਵੀ ਹੋਈ ਵੀ ਇਸ ਤਰ੍ਹਾਂ ਹੁਣ ਢੱਡਰੀ ਵਾਲੇ ਬਾਬਾ ਜੀ ਨੂੰ ਪ੍ਰੋਵਾਈ ਹੁਣ ਸਾਰੀ ਰੱਖਣ ਲੱਗੇ ਜੀ ਵੀ ਸਾਡੇ ਤੇ ਨਾ ਹਮਲਾ ਹੋ ਜੇ ਜਿੰਨੇ ਵੀ ਗਰੰਤੀ ਜਾਂਦੇ ਆ ਉਹ ਆਪਣੇ ਨਾਲ ਰੱਖਦੇ ਆ ਹਾਂ ਜਿਹੜੇ ਛੋਛੇ ਬਾਜੀ ਕਰਨੀ ਉਹ ਤਾਂ ਫਿਰ ਕੁਝ ਨਹੀਂ ਕਰ ਸਕਦੇ ਜੀ ਆਪਰਾ ਪਿੰਡ ਵਾਲੇ ਆ ਜੀ ਠੀਕ ਹੈ ਜੀ ਆਪਾਂ ਕਹਿ ਨਹੀਂ ਸਕਦੇ ਉਹਨਾਂ ਨੂੰ ਆ ਚੀਜ਼ ਅਗਰ ਤੂੰ ਕੀ ਬੋਲਦਾ ਬਈ ਇਹ ਚੀਜ਼ਾਂ ਦਾ ਇਹ ਪ੍ਰਭਾਵ ਇਹਦਾ ਵੀ ਆ ਫਿਰ ਉੱਪਰ ਜਾਂ ਪਿੱਛੇ ਦੇ ਰੋਗ ਹੋਣੇ ਚਾਹੀਦੀ ਬਈ ਹਾਂ ਬੰਦ ਕਰ ਦੇਵਾ ਚੀਜ਼ ਹਾਂ ਸਰਕਾਰ ਰੋਕਣੀ ਚਾਹੀਦੀ ਜੀ ਹੁਣ ਸਰਕਾਰਾਂ ਨੂੰ ਚਾਹੀਦੀ ਆ ਜੀ ਜੇ ਆਪਾਂ ਨਹੀਂ ਸਰਕਾਰਾਂ ਬਣੇ ਇਹ ਸਾਡੇ ਖਿਲਾਫੇ ਨਹੀਂ ਹੈ ਸਰਕਾਰ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈ ਜੀ ਸਰਕਾਰ ਨੂੰ ਸਾਨੂੰ ਪੂਰਾ ਉਹ ਕਰਨਾ ਚਾਹੀਦਾ ਵੀ ਹਾਂ ਅੱਗੇ ਜਿਹੜਾ ਯ ਬੇਰੋਜ਼ਗਾਰੀ ਐ ਸਭ ਤੋਂ ਵੱਡੀ ਤਾਂ ਜੀ ਅਗਲਾ ਫਿਰ ਜੇ ਨਹੀਂ ਕੋਈ ਕੰਮ ਹੋਊਗਾ ਹੁਣ ਬੇਲੇ ਬੈਠੇ ਰਹੂੰਗੇ ਜਾਂ ਨਸ਼ਾ ਕਰੂੰਗਾ ਜੀ ਜਾਂ ਫਿਰ ਇਹੇ ਜੇ ਕੰਮ ਕਰੂੰਗਾ ਜਾਂ ਸਨੇਚੀ ਵਗੈਰਾ ਹੋਰ ਜੋ ਵੀ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਨਾਮ ਹੈ ਭੁਪਿੰਦਰ ਜ ਸਿੰਘ ਅਛਾ ਭੁਪਿੰਦਰ ਕਾਰਨ ਕੀ ਮੰਨਦੇ ਹੋ ਕਿ ਸਭਿਆਚਾਰ ਦੇ ਵਿੱਚ ਪੰਜਾਬੀ ਸਭਿਆਚਾਰ ਦੇ ਵਿੱਚ ਹਥਿਆਰ ਕਿਵੇਂ ਜੁਟਦੇ ਜਾ ਰਹੇ ਨੇ ਇਹ ਇਹਦੇ ਪਿੱਛੇ ਕੀ ਕਰਨ ਹੈ ਵਿਆਹ ਸ਼ਾਦੀਆਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਫਿਰ ਧਾਰਮਿਕ ਸਮਾਗਮ ਦੇ ਵਿੱਚ ਆ ਜਿਕਣਾ ਹੁਣ ਜਿਹੜਾ ਮਰਜ਼ੀ ਪੁੱਛ ਲਈ ਅਗਲਾ ਕਹਿੰਦਾ ਮੈਂ 15000 ਦਾ ਲਿਆ ਆ 20000 ਦਾ ਦੋ ਨੰਬਰ ਸਭ ਕੁਝ ਮਿਲ ਜਾਂਦਾ ਅੱਜ ਕੱਲ ਇਹਦੇ ਲਈ ਹਰੇਕ ਜਾਣਾ ਖਾਣਾ ਚੱਕੀ ਫਿਰਦਾ ਅੱਜ ਕੱਲ ਤਾਂ ਹੀ ਬਸ ਅਗਲਾ ਜੀ ਪੁੱਛਾ ਹੋਰ ਨਹੀਂ ਹੈ ਅਗਲਾ ਸਨੇਚੀ ਕਰਨ ਲੱਜਿੰਦਾ ਕੁਸ਼ ਕਰਨ ਲੱਜਿੰਦਾ ਅਸੀਂ ਬਹੁਤ ਬਹੁਤ ਧੰਨਵਾਦ ਸਸੀ ਗਾ ਜੀ ਹਾਂ ਹਾਂ ਜੀ ਕੀ ਨਾਮ ਹੈ ਅਵਤਾਰ ਸਿੰਘ ਅੱਛਾ ਅਵਤਾਰ ਜੀ ਕੀ ਕਰਨ ਮੰਨਦੇ ਹੋ ਕਿ ਹਥਿਆਰ ਪੰਜਾਬੀ ਸੱਭਿਆਚਾਰ ਦਾ ਹਿੱਸਾ ਕਿਵੇਂ ਬਣਦੇ ਜਾ ਰਹੇ ਨੇ ਉਹ ਤਾਂ ਹੁਣ ਇੰਨਾ ਪ ਸਰਕਾਰਾਂ ਨੂੰ ਸੋਚ ਸਮਝ ਕੇ ਜੀ ਲਾਇਸੈਂਸ ਮਨਵਾਣਾ ਚਾਹੀਦਾ ਜੀ ਬਸ ਜੀ ਹਾਂ ਜੀ ਅੱਛਾ ਜਿਵੇਂ ਧਾਰਮਿਕ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਹੁੰਦੀ ਹੈ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੀ ਹੈ ਹਾਂ ਜੀ ਟਰੱਲੇ ਦੇ ਨਾਲ ਤੁਹਾਨੂੰ ਲੱਗਦਾ ਕਿ ਫੋਕੀ ਟੋਰ ਦੇ ਵਾਸਤੇ ਇਹ ਜਿਹੜਾ ਸਭ ਕੁਝ ਕੀਤਾ ਜਾ ਰਿਹਾ ਇਹ ਤਾਂ ਫੋਕੀ ਟੋਰ ਵਾਸਤੇ ਹੀ ਹੈ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਦੇ ਲਈ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿਤੇ ਨਾ ਕਿਤੇ ਜਿਹੜੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਚਾਹੇ ਨੌਜਵਾਨ ਵਰਗ ਵਰਤੋਂ ਕਿਉਂਕਿ ਨੌਜਵਾਨਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜਾ ਯੂਥ ਹੈਗਾ ਉਹ ਹਥਿਆਰਾਂ ਦੀ ਵਧੇਰੇ ਤੌਰ ਤੇ ਉੱਤੇ ਵਰਤੋਂ ਕਰ ਰਿਹਾ ਹੈ ਜਿਸ ਦੇ ਨਾਲ ਲਗਾਤਾਰ ਅਜਿਹੇ ਘਟਨਾਵਾਂ ਜਾਂ ਗਤੀਵਿਧੀਆਂ ਸਾਹਮਣੇ ਆ ਰਹੀਆਂ ਨੇ ਯੂਥ ਦਾ ਕਹਿਣਾ ਕਿ ਰੋਜ਼ਗਾਰ ਦਿੱਤਾ ਜਾਵੇ ਤੇ ਯੂਥ ਆਪਣੇ ਆਪ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਜਾਵੇਗਾ ਸੋ ਲੋਕਾਂ ਦੇ ਨਾਲ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਕਿਉਂ ਵੱਡੀ ਗਿਣਤੀ ਦੇ ਵਿੱਚ ਹਥਿਆਰ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਦੇ ਜਾ ਰਹੇ ਨੇ ਸਹਜਤਾ ਦੀ ਗੱਲ ਕੀਤੀ ਜਾਂਦੀ ਹੈ ਬਾਣੀ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲ ਜਿਹੜੀ ਹੈ ਗੁਰੂ ਸਾਹਿਬ ਨੇ ਜਿਹੜੀ ਹੈ ਉਹ ਸਮਝਾਈ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦੇ ਬਾਵਜੂਦ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਰਹੇ ਨੇ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਹਥਿਆਰ ਜੁੜਦੇ ਜਾ ਰਹੇ ਨੇ ਧਾਰਮਿਕ ਸਮਾਗਮਾਂ ਦੇ ਵਿੱਚ ਮੈਂ ਆਪਣੀ ਸਰਕਾਰ ਦੀ ਉਹ ਗਲਤੀ ਹੈ ਜਿਹੜੀ ਇਹ ਲਾਇਸੈਂਸ ਵੜਾ ਕੇ ਦਿੰਦੀ ਪਹਿਲੀ ਗੱਲ ਤਾਂ ਸੋਚ ਸਮਝ ਕੇ ਲਾਇਸੈਂਸ ਦੇਣਾ ਚਾਹੀਦਾ ਜੀ ਵੀ ਇਹਨੂੰ ਲੋੜ ਹੈ ਕਿ ਨਹੀਂ ਹੈ ਜਿਹੜੇ ਆਵਾਰਾ ਕਰਦੀ ਹੁਣ ਇੱਥੇ ਆਪਣੇ ਸਾਡੇ ਹੀ ਪਿੰਡ ਐ ਇੱਥੇ ਹਜਾਨਾ ਕੋਲ ਲਾਇਸੈਂਸ ਹੈ ਜਿਹਨਾਂ ਨੂੰ ਲੋੜ ਵੀ ਨਹੀਂ ਹੈ ਆਪਣੇ ਘਰ ਚ ਰੱਖਿਆ ਹੋਇਆ ਜਦ ਕਿਤੇ ਇਹੋ ਜੀ ਗੱਲ ਹੁੰਦੀ ਹੈ ਮੌਕਾ ਚੱਕ ਕੇ ਤੁਰ ਪੈਣੇ ਰਫਲ ਲੀ ਗਏ ਫੋਕੀ ਫੋਕੀ ਟੌਰ ਸਮਝੋ ਗੁੱਸਾ ਆ ਜਾਂਦਾ ਗੁੱਸੇ ਮੇ ਮਾਰਦਾ ਅਗਲਾ ਮਰ ਨਹੀਂ ਇਹ ਬੰਦੇ ਨੇ ਇਸ ਕਰਕੇ ਸਰਕਾਰ ਨੂੰ ਸੋਚ ਸਮਝ ਕੇ ਲਾਇਸੈਂਸ ਦੇਣਾ ਚਾਹੀਦਾ ਅੱਛਾ ਬਾਬਾ ਜੀ ਜਿਵੇਂ ਧਰਮ ਦੀ ਗੱਲ ਆਉਂਦੀ ਹੈ ਫਿਰ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਗੋਲੀਆਂ ਚੱਲਦੀਆਂ ਨੇ ਹਵਾਈ ਫਾਇਰ ਕਿਤੇ ਜਾਂਦੇ ਨੇ ਚਲੋ ਯੂਥ ਦਾ ਕਹਿਣਾ ਹੈ ਜਾਂ ਫਿਰ ਤੁਸੀਂ ਕਹਿ ਰਹੇ ਹੋ ਕਿ ਵਿਆਹ ਸ਼ਾਦੀਆਂ ਦੇ ਵਿੱਚ ਗਾਣਿਆਂ ਦੇ ਨਾਲ ਜਾਂ ਗੀਤਕਾਰਾਂ ਦੀ ਲਿਖਤ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਫਿਰ ਧਰਮ ਦੇ ਵਿੱਚ ਇਸ ਤਰੀਕੇ ਦੇ ਨਾਲ ਨਜਾਇਜ਼ ਤੌਰ ਦੇ ਤੇ ਫਾਇਰਿੰਗ ਨੂੰ ਇਹ ਡਰ ਰਹਿੰਦਾ ਵੀ ਕੋਈ ਸਾਨੂੰ ਇਹਨਾ ਮਾਰ ਜਾਏ ਉਹ ਨਾਅਰ ਰੱਖ ਦੇਣਗੇ ਮੈਨ ਪਰ ਸਮਾਗਮਾਂ ਦੇ ਵਿੱਚ ਫਾਇਰਿੰਗ ਫਾਇਰ ਗਲਤ ਕਰਦੇ ਨਾ ਉਹ ਉਹਨਾਂ ਨੂੰ ਵੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਫਾਇਰਿੰਗ ਉਹ ਡਰਦੇ ਮਾਰਨੇ ਤੇ ਕਿਉਂ ਮਾਰਦੇ ਹੋ ਲੋਕਾਂ ਨੂੰ ਮੁਖਤ ਵਿੱਚ ਅੱਛਾ ਰੋਕੇ ਕਿਵੇਂ ਜਾ ਸਕਦੇ ਨੇ ਰੋਕੇ ਤਾਂ ਜਾ ਸਕਦੇ ਜੇ ਸਰਕਾਰ ਲਾਇਸੈਂਸ ਬਣਾਵੇ ਸੋ ਸਮਝ ਕੇ ਦਵੇ ਇਹਨੂੰ ਲੋੜ ਹੈ ਲਾਇਸੈਂਸ ਦੀ ਕਿ ਨਹੀਂ ਹੈ ਤਾਂ ਬਣਾਉਣਾ ਚਾਹੀਦਾ ਲਾਇਸੈਂਸ ਐਂ ਨੇ ਹਰੇਕ ਨੂੰ ਚੱਕ ਕੇ ਦੇ ਦੋ ਲਾਇਸੈਂਸ ਅੱਛਾ ਧਾਰਮਿਕ ਜਿਹੜੇ ਨੇ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀਆਂ ਉਹਨਾਂ ਦੇ ਉੱਤੇ ਕਿਵੇਂ ਕਿਸ ਤਰ੍ਹਾਂ ਦੇ ਨਾਲ ਪਾਬੰਦੀ ਲੱਗ ਸਕਦੀ ਹੈ ਹੁਣ ਇਹ ਢੜਰੀਆਂ ਵਾਲ ਤੇ ਹਮਲਾ ਹੋਇਆ ਉਨਾ ਨ ਰੱਖੇ ਹੀ ਕਰਨ ਮੈਂ ਨਹੀਂ ਇਸੇ ਕਰਕੇ ਰੱਖੇ ਵੀ ਇਹ ਹਮਲਾ ਹੋਇਆ ਸਾਡੇ ਤੇ ਇਸ ਕਰਕੇ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜਸਪਾਲ ਸਿੰਘ ਅਰੇ ਜਸਪਾਲ ਜੀ ਕਾਰਨ ਕੀ ਮੰਨਦੇ ਹੋ ਕਿ ਕਿਉਂ ਜਿਹੜੇ ਪੰਜਾਬੀ ਹਥਿਆਰਾਂ ਦੇ ਵੱਲ ਜੁੜਦੇ ਜਾ ਰਹੇ ਨੇ ਵੱਧ ਕਿਉਂ ਰਹੇ ਸਾਡੇ ਜਿਹੜੇ ਸੱਭਿਆਚਾਰ ਦੇ ਵਿੱਚ ਹਥਿਆਰ ਵੀ ਜਿਹੜੇ ਗਿਣੇ ਜਾ ਰਹੇ ਨੇ ਇਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਵਿਆਹ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਧਾਰਮਿਕ ਸਮਾਗਮਾਂ ਦੇ ਵਿੱਚ ਹਥਿਆਰਾਂ ਦੀ ਵਰਤੋਂ ਇਹ ਤਾਂ ਆਪਣੀ ਅਵੇਅਰਨੈਸ ਹੈ ਜਿਹੜੀ ਆਪਾਂ ਸਿੱਖ ਪ੍ਰਚਾਰਕ ਵੀ ਹੈ ਜਿਹੜੇ ਉਹ ਵੀ ਸਹੀ ਦਿਸ਼ਾ ਵੱਲ ਨਹੀਂ ਜਾ ਰਹੇ ਤੇ ਕੁਝ ਫੋਕੀ ਟੌਰ ਵਾਸਤੇ ਵੀ ਇਹ ਆਪਣੇ ਰੱਖਦੇ ਨੇ ਬੰਦੇ ਉਹਨਾਂ ਨੂੰ ਵੀ ਥੋੜਾ ਦੇਖਣਾ ਚਾਹੀਦਾ ਕਿ ਅਸੀਂ ਸਾਨੂੰ ਇਹਦੀ ਜ਼ਰੂਰਤ ਹੈ ਜਾਂ ਨਹੀਂ ਹੈ ਇਹ ਜ਼ਿਆਦਾ ਤਾਂ ਮੈਂ ਸੋਚੂਗਾ ਵੀ ਇਹ ਫੋਕੀ ਟੌਰ ਵਾਸਤੇ ਜੁੜਦੇ ਜਾ ਰਹੇ ਹਥਿਆਰਾਂ ਨਾਲ ਅੱਛਾ ਜਿਵੇਂ ਧਰਮ ਦੀ ਗੱਲ ਕੀਤੀ ਜਾਂਦੀ ਹੈ ਧਾਰਮਿਕ ਤੌਰ ਦੇ ਉੱਤੇ ਵੀ ਜਿਹੜੇ ਨੇ ਕੁਝ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਹਥਿਆਰਾਂ ਦੀ ਵਰਤੋਂ ਹੋਈ ਹੈ ਚਾਹੇ ਨਗਰ ਕੀਰਤਨ ਦੀ ਹੋਵੇ ਚਾਹੇ ਕਿਸੇ ਸਮਾਗਮ ਦੇ ਵਿੱਚ ਅਰਦਾਸ ਸਮਾਗਮ ਦੀ ਹੋਵੇ ਉਸ ਦੇ ਵਿੱਚ ਵੀ ਵਰਤ ਹੋਈ ਹੈ ਧਰਮ ਦੇ ਵਿੱਚ ਹਥਿਆਰਾਂ ਦੀ ਨਾਜਾਇਜ਼ ਤੌਰ ਦੇ ਉੱਤੇ ਵਰਤੋਂ ਕਿਵੇਂ ਦੇਖ ਰਹੇ ਹੋ ਇਹ ਤਾਂ ਬਿਲਕੁਲ ਹੀ ਨਾਜਾਇਜ਼ ਹੈ ਇਹ ਤਾਂ ਹੋਣੀ ਨਹੀਂ ਚਾਹੀਦੀ ਧਾਰਮਿਕ ਸਥਾਨਾਂ ਤੇ ਇਹ ਇਹਦੇ ਨਾਲ ਆਮ ਜਨਤਾ ਨੂੰ ਵੀ ਗਲਤ ਪ੍ਰਭਾਵ ਪੈਂਦਾ ਉਹਦਾ ਅਸੀਂ ਆਪਣੀ ਟੋਰ ਦੇ ਲਈ ਕਿਉਂ ਵਰਤ ਰਹੇ ਆ ਪੰਜਾਬੀ ਹਥਿਆ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਜਿਹੜੇ ਆਪਣੇ ਰੱਖਦੇ ਇਹਨਾਂ ਨਾਲ ਇਹ ਸਰਕਾਰਾਂ ਨੂੰ ਥੋੜੀ ਜਿਹੀ ਪਾਬੰਦੀ ਵੀ ਲਾਣੀ ਚਾਹੀਦੀ ਇਹਨਾਂ ਤੇ ਕਿ ਬਿਨਾ ਹਰੇਕ ਨੂੰ ਸੋਚੇ ਸਮਝੇ ਤੋਂ ਬਿਨਾਂ ਲਾਇਸੈਂਸ ਨਹੀਂ ਦੇਣੇ ਚਾਹੀਦੇ ਜੀ ਇਹ ਥੋੜਾ ਜਿਹਾ ਉਹਦਾ ਪਿਛਲਾ ਪਿਛੋਕੜ ਵੀ ਦੇਖਣਾ ਚਾਹੀਦਾ ਬੰਦੇਆਂ ਦਾ ਕਿ ਲਾਇਸੈਂਸ ਉਹਨਾਂ ਨੂੰ ਪ੍ਰੋਵਾਈਡ ਕਰਾਉਣ ਵਾਸਤੇ ਵੀ ਇਹੀ ਚੈੱਕ ਕਰੀ ਹੋਰ ਤਾਂ ਕੋਈ ਦੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਗੱਲਬਾਤ ਕੀਤੀ ਹੈ ਕਿਤਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਦੇ ਨਾਲ ਜਿੱਥੇ ਸਾਡਾ ਸੱਭਿਆਚਾਰ ਪਲੀਤ ਹੋ ਰਿਹਾ ਹੈ ਤੇ ਨਾਲ ਦੀ ਨਾਲ ਲੋਕਾਂ ਦੀ ਜਾਨ ਦਾ ਜਿਹੜਾ ਖਤਰਾ ਉਹ ਵੀ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਸਵਾਲ ਚੁੱਕੇ ਨੇ ਕਿ ਇਸ ਨੂੰ ਰੋਕਣ ਦੇ ਲਈ ਸਰਕਾਰਾਂ ਨੂੰ ਕਦਮ ਚੁੱਕਣ ਦੀ ਲੋੜ ਹੈ ਤਾਂ ਤਾਂ ਕਿ ਜਿੱਥੇ ਪੰਜਾਬੀ ਸੱਭਿਆਚਾਰ ਨਿਮਰਤਾ ਦੀ ਗੱਲ ਕਰਦਾ ਹੈ ਮਿਹਨਤ ਦੀ ਗੱਲ ਕਰਦਾ ਹੈ ਹਰ ਇੱਕ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਦੀ ਗੱਲ ਕਰਦਾ ਪਰ ਅੱਜ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹ ਦਿਖਾਵੇ ਵੱਲ ਜਾ ਰਿਹਾ ਹੈ ਅਸੀਂ ਨਿਮਰਤਾ ਦੀ ਬਜਾਏ ਜਾਂ ਸਹਿਜਤਾ ਦੀ ਬਜਾਏ ਦਿਖਾਵੇ ਦੇ ਵੱਲ ਵੱਧ ਰਹੇ ਹਾਂ ਜਿਸ ਦੇ ਨਾਲ ਕਿਤਨਾ ਕਿਤੇ ਗਨ ਕਲਚਰ ਪੰਜਾਬ ਦਾ ਹਿੱਸਾ ਬਣਦਾ ਜਾ ਰਿਹਾ ਹੈ ਸੋ ਇਸ ਨੂੰ ਰੋਕਣ ਦੇ ਲਈ ਕਿਤਨਾ ਕਿਤੇ ਸਾਨੂੰ ਆਪਣੀ ਸਮਝ ਦੀ ਜਿਹੜੀ ਹੈਗੀ ਹੈ ਉਹ ਵਰਤੋਂ ਕਰਨ ਦੀ ਲੋੜ ਹੈ ਸੋ ਅੱਜ ਦੇ ਪੰਜਾਬ ਬੋਲਦੇ ਦੇ ਵਿੱਚ ਬੱਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਮਧੋਜ ਜੀ ਆ ਗਿਆ ਧੰਨਵਾਦ